14 ਅਗਸਤ ਨੂੰ ਹੋਵੇਗੀ ਪੰਜਾਬ ਕੈਬਨਿਟ ਦੀ ਬੈਠਕ। ਮੌਨਸੂਨ ਇਜਲਾਸ ਦੀਆਂ ਤਰੀਕਾਂ ਦੇ ਉੱਤੇ ਲੱਗ ਸਕਦੀ ਹੈ ਮੋਹਰ। ਪੰਜਾਬ ਪੰਚਾਇਤੀ ਇਲੈਕਸ਼ਨ ਰੂਲਸ ਦੇ ਵਿੱਚ ਸੋਧਾ ਵੀ ਲਿਆਂਦਾ ਜਾ ਸਕਦਾ ਹੈ ਡਰਾਫਟ। ਸੁਪਰੀਮ ਕੋਰਟ ਦਾ ਸ਼ੰਭੂ ਬਾਰਡਰ ਦੇ ਉੱਤੇ ਨਿਰਦੇਸ਼, ਕਿਹਾ ਬਾਰਡਰ ਨੂੰ ਜਲਦ ਅੰਸ਼ਕ ਰੂਪ ਦੇ ਵਿੱਚ ਖੋਲ੍ਹਣ 'ਤੇ ਹੋਵੇ ਵਿਚਾਰ। ਦੋਵੇਂ ਸੂਬਿਆਂ ਦੇ DGP ਆਪਸ ਦੇ ਵਿੱਚ ਮੀਟਿੰਗ ਕਰਕੇ ਕੱਢਣ ਹੱਲ। ਐਂਬੂਲੈਂਸ ਜ਼ਰੂਰੀ ਸੇਵਾਵਾਂ 'ਤੇ ਸਟੂਡੈਂਟਸ ਦੇ ਲਈ ਖੋਲ੍ਹਿਆ ਜਾਵੇ ਰਾਹ। ਕਿਸਾਨਾਂ ਨੇ ਮੁੜ ਲੁਧਿਆਣਾ ਦਾ ਲਾਡੋਵਾਲ ਟੋਲ ਪਲਾਜ਼ਾ ਫ੍ਰੀ ਕਰਨ ਦਾ ਕੀਤਾ ਐਲਾਨ। 18 ਅਗਸਤ ਤੱਕ ਦੀ ਦਿੱਤੀ ਡੈਡਲਾਈਨ, ਬੋਲੇ ਜੇ ਨਾ ਘਟਾਏ ਗਏ ਰੇਟ ਤਾਂ ਫਿਰ ਤੋਂ ਟੋਲ ਕਰਵਾਵਾਂਗੇ ਫ੍ਰੀ। ਡਰੱਗਸ ਦੇ ਪੈਂਡਿੰਗ ਮਾਮਲਿਆਂ ਨੂੰ ਲੈ ਕੇ ਹਾਈਕੋਰਟ ਸਖ਼ਤ। FIR ਦੇ 6 ਮਹੀਨਿਆਂ ਬਾਅਦ ਵੀ ਗ੍ਰਿਫਤਾਰੀ ਨਾ ਹੋਣ ਵਾਲੇ ਕੇਸਿਸ ਦੀ ਹਾਈਕੋਰਟ ਨੇ ਮੰਗੀ ਜਾਣਕਾਰੀ। ਪੁੱਛਿਆ ਕਿੰਨੇ ਮੁਲਜ਼ਮਾਂ ਨੂੰ ਭਗੌੜਾ ਕਰਾਰ ਨਹੀਂ ਦਿੱਤਾ ਗਿਆ। ਜਲੰਧਰ ਕੋਰਟ ਨੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਨਿਆਇਕ ਹਿਰਾਸਤ ਦੇ ਵਿੱਚ ਭੇਜਿਆ। 5 ਦਿਨ ਦੇ ਰਿਮਾਂਡ ਖਤਮ ਹੋਣ ਤੋਂ ਬਾਅਦ ED ਨੇ ਕੀਤਾ ਸੀ ਪੇਸ਼। ਟੈਂਡਰ ਘੁਟਾਲੇ ਦੇ ਮਾਮਲੇ 'ਚ ਗ੍ਰਿਫਤਾਰ ਨੇ ਭਾਰਤ ਭੂਸ਼ਣ ਆਸ਼ੂ। VHP ਆਗੂ ਵਿਕਾਸ ਬੱਗਾ ਕਤਲ ਮਾਮਲੇ 'ਚ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ। ਭਗੌੜਾ ਮੁਕੁਲ ਮਿਸ਼ਰਾ ਗ੍ਰਿਫਤਾਰ, NIA ਵੀ ਕਰ ਰਹੀ ਹੈ ਮਾਮਲੇ ਦੀ ਜਾਂਚ। ये जो पदक आपके पास है, इसको हासिल करने के लिए जी जान की मेहनत लगती है, प्लानिंग लगती है, सैक्रिफाइस लगते हैं। जर्मनी से जब हम हारे सेमीफाइनल में, उस रात नींद आई? ऐसे बहुत सारे दिन देखे हमने जब नींद नहीं आती। वो टफ था, मन में मेरे ये चल रहा था कि सिंपथी नहीं लेके जानी हमने कि हमने बहुत अच्छा किया। हर एक प्लेयर बोल रहा था ड्यूरिंग द मैच, बोल रहा था कि यार सर पे लग रही है, लगने दो, कहीं पे भी लग रही है लगने दो, भाई टीम में बाहर जाने चाहिए। एक आपकी फोटो देखी थी मैंने हरमन, के आपकी बेटी रूहान जीत के गले मेडल आपने पकड़ाया हुआ है। मेडल के बाद मैं रूहानत को उठाया, मैं ग्राउंड में ले गया, मैं वहाँ पर छोड़ दिया, और मेरे आँखों में पानी भी था कि हाँ ये मेरी बहुत बड़ी अचीवमेंट है, और जब ये बड़ी होगी तो इसको पता चलेगा। ਸਤਿ ਸ਼੍ਰੀ ਅਕਾਲ, ਨਮਸਕਾਰ, ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਇਹ ਇੰਟਰਵਿਊ ਇੰਡੀਅਨ ਹਾਕੀ ਟੀਮ ਦੇ ਕੈਪਟਨ ਦੇ ਨਾਲ 7:30 ਵਜੇ ਤੁਸੀਂ ਅੱਜ ਦੇਖ ਸਕੋਗੇ ਨਿਊਜ਼ 18 ਪੰਜਾਬ ਦੇ ਉੱਤੇ ਐਕਸਕਲੂਸਿਵ। ਮੈਂ ਸ਼ੁਰੂਆਤ ਕਰਨ ਜਾ ਰਿਹਾ, ਫਰਕ ਤਾਂ ਪੈਂਦਾ ਹੈ ਦੀ ਸ਼ੰਭੂ ਬਾਰਡਰ ਤੋਂ। ਸ਼ੰਭੂ ਬਾਰਡਰ ਖੋਲ੍ਹਣ ਦੇ ਉੱਤੇ ਸੁਪਰੀਮ ਕੋਰਟ ਨੇ ਆਦੇਸ਼ ਦਿੱਤੇ ਨੇ ਅਤੇ ਕਿਹਾ ਕਿ ਇਸ ਨੂੰ ਅੰਸ਼ਕ ਰੂਪ ਦੇ ਵਿੱਚ ਖੋਲ੍ਹ ਦਿੱਤਾ ਜਾਵੇ। ਅਹਿਮ ਅਤੇ ਵੱਡੀ ਖਬਰ ਹੈ ਇਸ ਦੇ ਨਾਲ ਹੀ ਸ਼ੁਰੂਆਤ। ਸੁਪਰੀਮ ਕੋਰਟ 'ਤੇ ਪੂਰਾ ਮਾਮਲਾ ਪਹੁੰਚਿਆ ਹੋਇਆ। ਸ਼ੰਭੂ ਬਾਰਡਰ ਜੋ 10 ਫਰਵਰੀ ਤੋਂ ਇਸੇ ਸਾਲ 10 ਫਰਵਰੀ ਨੂੰ ਬੰਦ ਕੀਤਾ ਗਿਆ ਸੀ, ਹੁਣ ਤੱਕ ਬੰਦ ਹੈ, ਔਰ ਕਰੀਬ ਕਰੀਬ 7 ਮਹੀਨੇ ਹੋ ਚੱਲੇ ਨੇ ਕਿ ਬਾਰਡਰ ਨਹੀਂ ਖੁੱਲਿਆ। 7 ਮਹੀਨੇ ਤੋਂ ਇਨਫੈਕਟ ਜ਼ਿਆਦਾ ਸਮਾਂ ਹੋ ਗਿਆ ਅਤੇ ਸੁਪਰੀਮ ਕੋਰਟ ਹਾਈ ਕੋਰਟ ਤੋਂ ਹੁੰਦਾ ਹੋਇਆ ਮਾਮਲਾ ਸੁਪਰੀਮ ਕੋਰਟ ਪਹੁੰਚ ਗਿਆ ਅਤੇ ਅਦਾਲਤ ਨੇ ਕਿਹਾ ਕਿ ਦੋਵੇਂ ਸੂਬਿਆਂ ਦੇ ਜਿਹੜੇ DGP ਨੇ ਉਹ ਮੀਟਿੰਗ ਕਰਨ ਅਤੇ ਕੋਈ ਰਾਹ ਕੱਢਣ। ਇੱਕ ਹਫ਼ਤੇ ਦੇ ਅੰਦਰ DGPs ਦੀ ਮੀਟਿੰਗ ਹੋਵੇ, ਐਂਬੂਲੈਂਸ, ਸੀਨੀਅਰ ਸਿਟੀਜ਼ਨ, ਸਟੂਡੈਂਟਸ, ਮਹਿਲਾਵਾਂ ਅਤੇ ਜ਼ਰੂਰੀ ਸੇਵਾਵਾਂ ਦੇ ਲਈ ਰਾਹ ਖੋਲ੍ਹਿਆ ਜਾਵੇ। ਸੁਪਰੀਮ ਕੋਰਟ ਨੇ ਕਿਹਾ ਕਿ ਪਹਿਲਾਂ ਅੰਸ਼ਕ ਰੂਪ ਦੇ ਨਾਲ ਰਾਹ ਖੋਲ੍ਹਿਆ ਜਾਵੇ, ਇਸ ਤੋਂ ਬਾਅਦ ਰਾਹ ਪੂਰੀ ਤਰ੍ਹਾਂ ਖੋਲ੍ਹਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣ। ਇਸ ਲਈ ਕੋਰਟ ਦੇ ਆਰਡਰ ਦੀ ਉਡੀਕ ਕਰਨ ਦੀ ਜ਼ਰੂਰਤ ਨਹੀਂ ਹੈ। ਉਹਨਾਂ ਨੇ ਇਹ ਵੀ ਕਿਹਾ ਅਦਾਲਤ ਨੇ ਕਿ ਕਿਸਾਨਾਂ ਦੇ ਨਾਲ ਗੱਲਬਾਤ ਦੇ ਲਈ ਗੈਰ ਸਿਆਸੀ ਪੈਨਲ ਬਣਾਇਆ ਜਾਵੇ। ਹਾਲਾਂਕਿ ਇਸ ਦਾ ਜ਼ਿਕਰ ਪਹਿਲਾਂ ਵੀ ਅਦਾਲਤ ਕਰ ਚੁੱਕੀ ਹੈ ਅਤੇ ਕਿਹਾ ਕਿ ਸੁਹਿਰਦ ਅਤੇ ਸਤਿਕਾਰਤ ਹੱਲ ਕੱਢਿਆ ਜਾਵੇ ਇਸ ਪੂਰੇ ਮਾਮਲੇ ਦਾ। ਨੈਸ਼ਨਲ ਹਾਈਵੇ ਕੋਈ ਪਾਰਕਿੰਗ ਏਰੀਆ ਨਹੀਂ ਹੈ, ਨੈਸ਼ਨਲ ਹਾਈਵੇ ਟਰੈਕਟਰ ਟਰਾਲੀਆਂ ਅਤੇ JCB ਦੀ ਪਾਰਕਿੰਗ ਦੇ ਲਈ ਨਹੀਂ ਹੈ। ਇਹ ਵੀ ਅਦਾਲਤ ਦੇ ਵੱਲੋਂ ਕਿਹਾ ਗਿਆ ਅਤੇ ਕਿਹਾ ਕਿ ਮਾਮਲੇ ਦਾ ਜਲਦ ਤੋਂ ਜਲਦ ਨਿਪਟਾਰਾ ਹੋਣਾ ਚਾਹੀਦਾ। ਪੰਜਾਬ ਸਰਕਾਰ ਨੇ ਆਜ਼ਾਦ ਕਮੇਟੀ ਦਾ ਸਮਰਥਨ ਕੀਤਾ ਅਤੇ ਕਮੇਟੀ ਦੇ ਗਠਨ ਦੇ ਲਈ ਅਸੀਂ ਸਹਿਮਤ ਹਾਂ। ਇਹ ਵੀ AG ਅਦਾਲਤ ਦੇ ਵਿੱਚ ਕਹਿੰਦੇ ਹੋਏ, ਐਡਵੋਕੇਟ ਜਨਰਲ ਨੇ ਜਿਹੜੇ ਪੰਜਾਬ ਦੇ ਉਹ ਕਹਿੰਦੇ ਹੋਏ ਨਜ਼ਰ ਆਏ ਅਤੇ ਕਿਹਾ ਕਿ ਕੋਰਟ ਦੇ ਹੁਕਮਾਂ ਦੇ ਤਹਿਤ ਸਾਡੇ ਕੋਲ ਹੋਰ ਵੀ ਨਾਮ ਹੈਗੇ ਨੇ।
ਸੁਪਰੀਮ ਕੋਰਟ ਨੇ ਸੁਣਵਾਈ ਦੇ ਦੌਰਾਨ ਕਰੜੀ ਟਿੱਪਣੀ ਕੀਤੀ ਅਤੇ ਕਿਹਾ ਕਿ ਹਾਈਵੇਜ਼ ਪਾਰਕਿੰਗ ਦੀ ਥਾਂ ਨਹੀਂ ਹੈ। ਸੁਪਰੀਮ ਕੋਰਟ ਨੇ ਇੱਕ ਹਫ਼ਤੇ ਦੇ ਅੰਦਰ ਐਂਬੂਲੈਂਸ, ਸੀਨੀਅਰ ਸਿਟੀਜ਼ਨਸ, ਮਹਿਲਾਵਾਂ, ਵਿਦਿਆਰਥੀਆਂ ਦੇ ਲਈ ਹਾਈਵੇ ਦੀ ਇੱਕ ਲੇਨ ਨੂੰ ਖੋਲ੍ਹਣ ਦੇ ਆਦੇਸ਼ ਦਿੱਤੇ। ਇਸ ਦੇ ਲਈ ਪੰਜਾਬ ਅਤੇ ਹਰਿਆਣਾ ਦੇ DGP ਨੂੰ ਮੀਟਿੰਗ ਕਰਨ ਨੂੰ ਵੀ ਕਿਹਾ ਗਿਆ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਹਾਈਵੇਜ਼ ਪਾਰਕਿੰਗ ਕਾ ਜਗ੍ਹਾ ਨਹੀਂ ਹੈ। ਸੁਪਰੀਮ ਕੋਰਟ ਨੇ ਪੰਜਾਬ ਕੋ ਵੀ ਕਿਹਾ, ਹਰਿਆਣਾ ਕੋ ਵੀ ਕਿਹਾ, ਔਰ ਕਿਸਾਨੋਂ ਕੋ ਵੀ ਇੱਕ ਤਰ੍ਹਾਂ ਸੇ ਇੱਕ ਟਿੱਪਣੀ ਕੀ ਗਈ ਕਿਸਾਨੋਂ ਕੇ ਲੀਏ ਕਿ ਹਾਈਵੇਜ਼ ਜੋ ਹੈ ਪਾਰਕਿੰਗ ਨਹੀਂ ਹੈ ਕਿਸੀ ਵੀ ਹਾਈਵੇਜ਼ ਜੋ ਗਾੜੀਆਂ ਔਰ ਟਰੈਕਟਰ ਕੇ ਲੀਏ। ਔਰ ਐਂਬੂਲੈਂਸ ਕੀ ਮੰਗ ਹਮਨੇ ਅੱਜ ਮੁੱਖਿਆ ਰੂਪ ਸੇ ਸੁਪਰੀਮ ਕੋਰਟ ਮੇਂ ਉਠਾਈ ਥੀ ਕਿ ਐਂਬੂਲੈਂਸ ਕੇ ਲੀਏ ਰਸਤਾ ਦਿਆ ਜਾਏ, ਔਰ ਸੁਪਰੀਮ ਕੋਰਟ ਨੇ ਉਸਕੇ ਲੀਏ ਆਰਡਰ ਕੀ ਔਰ ਕਿਹਾ ਕਿ ਇੱਕ ਹਫ਼ਤੇ ਕੇ ਅੰਦਰ ਇਹ ਪਾਰਸ਼ੀਅਲ ਜੋ ਵੇ ਹੈ ਇਹ ਐਸੈਂਸ਼ੀਅਲ ਸਰਵਿਸ ਕੇ ਲੀਏ ਐਂਬੂਲੈਂਸ ਕੇ ਲੀਏ ਖੋਲ੍ਹੇ ਜਾਏ। ਸੁਪਰੀਮ ਕੋਰਟ ਇਸ ਕੇਸ ਦੇ ਵਿੱਚ ਹੁਣ 22 ਅਗਸਤ ਨੂੰ ਸੁਣਵਾਈ ਕਰੇਗਾ। ਦੱਸ ਦਈਏ ਕਿ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸ਼ੰਭੂ ਬਾਰਡਰ ਖੋਲ੍ਹਣ ਨੂੰ ਕਿਹਾ ਸੀ। ਇਸ ਦੇ ਖਿਲਾਫ ਹਰਿਆਣਾ ਸਰਕਾਰ ਸੁਪਰੀਮ ਕੋਰਟ ਚਲੀ ਗਈ। ਦਰਅਸਲ ਸ਼ੰਭੂ ਬਾਰਡਰ ਦੇ ਉੱਤੇ ਕਿਸਾਨ ਫਰਵਰੀ ਤੋਂ ਹੀ ਧਰਨੇ ਦੇ ਉੱਤੇ ਬੈਠੇ ਹੋਏ ਨੇ, ਜਿਸ ਦੀ ਵਜ੍ਹਾ ਨਾਲ ਨੈਸ਼ਨਲ ਹਾਈਵੇ ਬੰਦ ਹੈ। ਔਰ ਉਸ ਦੇ ਖੁੱਲ੍ਹਣ ਦਾ ਇੰਤਜ਼ਾਰ ਕੀਤਾ ਜਾ ਰਿਹਾ, ਖਾਸ ਤੌਰ 'ਤੇ ਜਿਹੜੇ ਅੰਬਾਲਾ ਦੇ ਬਿਲਕੁਲ ਨਾਲ ਲੱਗਦੇ ਜਿਹੜੇ ਪਿੰਡ ਨੇ, ਅੰਬਾਲਾ ਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ ਉਹ, ਔਰ ਇੱਧਰੋਂ ਜੇ ਮੈਂ ਰਾਜਪੁਰਾ ਦਾ ਜ਼ਿਕਰ ਕਰਾਂ, ਸ਼ੰਭੂ ਦਾ ਜ਼ਿਕਰ ਕਰਾਂ, ਪੰਜਾਬ ਵਾਲੇ ਪਾਸੇ ਤੋਂ ਉਹ ਲੋਕ, ਉਹ ਚਾਹੁੰਦੇ ਨੇ ਕਿ ਖੁੱਲ੍ਹ ਜਾਏ ਜਲਦ ਤੋਂ ਜਲਦ ਇਹ ਬਾਰਡਰ। ਉੱਧਰ ਸ਼ੰਭੂ ਦੇ ਉੱਤੇ ਸੁਪਰੀਮ ਆਦੇਸ਼ ਤੋਂ ਬਾਅਦ ਕਿਸਾਨਾਂ ਨੇ ਮੁੜ ਤੋਂ ਦੁਹਰਾਇਆ ਕਿ ਉਹਨਾਂ ਨੇ ਹਾਈਵੇ ਨੂੰ ਬੰਦ ਨਹੀਂ ਕੀਤਾ, ਇਹ ਹਰਿਆਣਾ ਸਰਕਾਰ ਦੇ ਵੱਲੋਂ ਕੀਤਾ। ਸ਼ੰਭੂ ਬਾਰਡਰ ਦੇ ਉੱਤੇ ਡੇਰਾ ਪਾ ਕੇ ਬੈਠੇ ਕਿਸਾਨ ਜਥੇਬੰਦੀਆਂ ਦੀ ਮੰਨੀਏ ਤਾਂ ਰਾਹ ਖੁੱਲ੍ਹੇਗਾ ਤਾਂ ਸਾਰਿਆਂ ਦੇ ਲਈ ਚੰਗਾ ਹੋਵੇਗਾ, ਅਤੇ ਅਸੀਂ ਵੀ ਦਿੱਲੀ ਜਾਣਾ ਚਾਹੁੰਦੇ ਹਾਂ ਅਤੇ ਉਹ ਰਾਹ ਖੁੱਲ੍ਹਣ ਤੋਂ ਬਾਅਦ ਹੀ ਮੁਮਕਿਨ ਹੈ। ਔਰ ਹਮੇ ਵੀ ਦੇਸ਼ ਕੀ ਰਾਜਧਾਨੀ ਮੇਂ ਜਾਕਰ ਆਪਣਾ ਅੰਦੋਲਨ ਕਰਨੇ ਕਾ ਹੱਕ ਪ੍ਰਾਪਤ ਹੋਗਾ। ਇਹ ਸਭ ਬਾਤੇਂ ਹੈ, ਵਿਅਕਤੀਗਤੀ ਤੌਰ ਪਰ ਹਮ ਲੋਕ ਐਸਾ ਸੋਚ ਰਹੇ ਹੈ, ਅਗਰ ਰਸਤਾ ਖੁੱਲ੍ਹੇਗਾ ਤੋ ਇਹ ਅੱਛੀ ਬਾਤ ਹੋਗੀ। ਉੱਧਰ ਆਮ ਆਦਮੀ ਪਾਰਟੀ ਦਾ ਕਹਿਣਾ ਕਿ ਕਿਸਾਨਾਂ ਦੀਆਂ ਮੰਗਾਂ ਜਾਇਜ਼ ਨੇ, ਹਰਿਆਣਾ ਨੂੰ ਰਾਹ ਖੋਲ੍ਹ ਦੇਣਾ ਚਾਹੀਦਾ ਹੈ, ਕਿਸਾਨਾਂ ਨੂੰ ਦਿੱਲੀ ਜਾ ਕੇ ਆਪਣੀ ਗੱਲ ਰੱਖਣ ਦਾ ਹੱਕ ਹੈ। ਕਿ ਇਹ ਜਿਹੜਾ ਬੈਰੀਕੇਡਿੰਗ ਕੀਤੀ ਹੋਈ ਹੈ, ਜਿਹੜਾ ਰਾਸਤਾ ਰੋਕਿਆ ਹੋਇਆ ਹੈਗਾ, ਉਹ ਹਰਿਆਣਾ ਦੀ ਸਰਕਾਰ ਵੱਲੋਂ ਰੋਕਿਆ ਹੋਇਆ ਹੈ। ਦਿੱਲੀ ਰਾਜਧਾਨੀ ਦੇ ਵਿੱਚ ਜੇਕਰ ਉਹ ਜਾ ਕੇ ਆਪਣੀ ਗੱਲ ਪ੍ਰਧਾਨ ਮੰਤਰੀ ਸਾਹਿਬ ਨਾਲ ਕਰਨੀ ਚਾਹੁੰਦੇ ਹੈਗੇ ਹੈ ਤਾਂ ਉਸ ਦੇ ਵਿੱਚ ਕੋਈ ਹਰਜ ਨਹੀਂ ਹੈਗਾ। ਉੱਥੇ BJP ਵੀ ਸੁਪਰੀਮ ਕੋਰਟ ਦੇ ਆਦੇਸ਼ ਦਾ ਸਵਾਗਤ ਕਰ ਰਹੀ ਹੈ। ਬਹੁਤ ਅੱਛੇ ਕਮੈਂਟਸ ਨੇ ਉਹਨਾਂ ਦੇ ਕਿ ਪਾਰਕਿੰਗ ਨਹੀਂ ਹੈ ਕਿ ਕੋਈ ਵੀ ਹਾਈਵੇ ਰੋਕ ਕੇ ਬੈਠ ਜਾਏ ਅਤੇ ਉੱਥੇ ਗੱਡੀਆਂ ਲਗਾ ਦੇਵੇ। ਇਹ ਮੈਂ ਸਮਝਦਾ ਬੜੀ ਮੰਦਭਾਗੀ ਗੱਲ ਆ, ਇਹ ਜਥੇਬੰਦੀਆਂ ਨੂੰ ਵੀ ਸੋਚਣਾ ਚਾਹੀਦਾ ਜਿਹੜੇ ਇਸ ਤਰ੍ਹਾਂ ਕਰਦੇ ਆ। ਕਾਬਲੇ ਗੌਰ ਹੈ ਕਿ ਸੁਪਰੀਮ ਕੋਰਟ ਨੇ ਇੱਕ ਹਫ਼ਤੇ ਦੇ ਅੰਦਰ ਹਾਈਵੇ ਦੀ ਇੱਕ ਲੇਨ ਖੋਲ੍ਹਣ ਨੂੰ ਕਿਹਾ ਹੈ ਅਤੇ ਉਮੀਦ ਹੈ ਕਿ ਜ਼ਰੂਰੀ ਸੇਵਾਵਾਂ ਦੇ ਲਈ ਹਾਈਵੇ ਖੁੱਲ੍ਹਣ ਦੇ ਨਾਲ ਥੋੜ੍ਹੀ ਰਾਹਤ ਲੋਕਾਂ ਨੂੰ ਜ਼ਰੂਰ ਮਿਲੇਗੀ। ਪਰ ਕੀ ਵਾਕਈ ਬਾਰਡਰ ਖੁੱਲ੍ਹਦਾ ਹੈ ਕਿ ਨਹੀਂ ਖੁੱਲ੍ਹਦਾ, ਜਿਹੜਾ ਇਹ ਪੂਰਾ ਬੰਦ ਹੋ ਰੱਖਿਆ ਕਰੀਬ 10 ਫਰਵਰੀ ਤੋਂ, ਕਿਉਂਕਿ ਜਦੋਂ ਰਾਹ ਸਿੱਧਾ ਨਾ ਖੁੱਲ੍ਹਿਆ ਹੋਵੇ ਤਾਂ ਉਸ ਰਾਹ ਨੂੰ ਇਸਤੇਮਾਲ ਕਰਨ ਵਾਲੇ ਲੋਕਾਂ ਨੂੰ ਫਰਕ ਤਾਂ ਪੈਂਦਾ। ਹੁਣ ਅੱਗੇ ਵੱਧਦਿਆਂ ਤੇ ਗੱਲ ਹੋਵੇਗੀ ਟੋਲ ਪਲਾਜ਼ੇ ਦੀ। ਉਹ ਟੋਲ ਪਲਾਜ਼ਾ ਜੋ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਕਿਹਾ ਜਾਂਦਾ ਹੈ, ਲਾਡੋਵਾਲ ਟੋਲ ਪਲਾਜ਼ਾ। ਲਾਡੋਵਾਲ ਟੋਲ ਪਲਾਜ਼ਾ ਨੂੰ ਇੱਕ ਵਾਰ ਮੁੜ ਤੋਂ ਕਿਸਾਨ ਫ੍ਰੀ ਕਰਵਾ ਸਕਦੇ ਨੇ। ਕਿਸਾਨਾਂ ਨੇ NHAI ਨੂੰ ਅਲਟੀਮੇਟਮ ਦਿੱਤਾ ਹੈ ਕਿ ਉਹ ਗੱਡੀਆਂ ਦੇ ਉੱਤੇ ਲੱਗਣ ਵਾਲੇ ਟੈਕਸ ਨੂੰ ਘੱਟ ਕਰਨ। ਜੇ NHAI ਨੇ ਰੇਟ ਨਹੀਂ ਘੱਟ ਕੀਤੇ ਤਾਂ ਇੱਕ ਵਾਰ ਮੁੜ ਤੋਂ ਕਿਸਾਨ ਲਾਡੋਵਾਲ ਟੋਲ ਪਲਾਜ਼ਾ ਦੇ ਉੱਤੇ ਧਰਨਾ ਪ੍ਰਦਰਸ਼ਨ ਕਰਕੇ ਉਸ ਨੂੰ ਫ੍ਰੀ ਕਰਵਾ ਦੇਣਗੇ। ਦੱਸ ਦਈਏ ਕਿ ਇਸ ਤੋਂ ਪਹਿਲਾਂ 46 ਦਿਨਾਂ ਤੱਕ ਕਿਸਾਨਾਂ ਨੇ ਟੋਲ ਪਲਾਜ਼ੇ ਦੇ ਉੱਤੇ ਪੱਕਾ ਮੋਰਚਾ ਲਗਾ ਕੇ ਟੋਲ ਮੁਫ਼ਤ ਕਰਵਾਇਆ ਸੀ। ਲਾਡੋਵਾਲ ਟੋਲ ਦੇ ਉੱਤੇ ਕਾਰ ਦੇ ਲਈ ਪੁਰਾਣਾ ਟੈਕਸ ਇੱਕ ਪਾਸੇ ਤਾਂ 215, ਆਉਣ ਜਾਣ ਦਾ 325 ਸੀ। ਨਵੀਆਂ ਦਰਾਂ ਦੇ ਮੁਤਾਬਿਕ ਕਿਰਾਇਆ ਇੱਕ ਪਾਸੇ ਦਾ 220 ਅਤੇ ਆਉਣ ਜਾਣ ਦਾ 330 ਕਰ ਦਿੱਤਾ ਗਿਆ। ਇਸ ਤਰ੍ਹਾਂ ਹਲਕੇ ਵਾਹਨ ਦੇ ਲਈ ਪੁਰਾਣਾ ਕਿਰਾਇਆ ਇੱਕ ਪਾਸੇ ਦਾ 350 ਰੁਪਏ ਅਤੇ ਆਉਣ ਜਾਣ ਦਾ 520 ਸੀ। ਨਵੀਂ ਦਰਾਂ ਦੇ ਮੁਤਾਬਿਕ 355 ਅਤੇ 535 ਹੋ ਗਿਆ। ਦੋ ਐਕਸਲ ਵਾਲੀ ਬੱਸ ਜਾਂ ਟਰੱਕ ਦੇ ਲਈ ਪੁਰਾਣਾ ਟੈਕਸ ਇੱਕ ਪਾਸੇ ਦਾ 730 ਅਤੇ ਆਉਣ ਜਾਣ ਦਾ 1095 ਸੀ। ਨਵੀਆਂ ਦਰਾਂ ਦੇ ਮੁਤਾਬਿਕ ਇੱਕ ਪਾਸੇ ਦਾ ਕਿਰਾਇਆ 745 ਅਤੇ ਆਉਣ ਜਾਣ ਦਾ ਹੁਣ 1120 ਹੈ।
ਤਾਂ ਕੁੱਲ ਮਿਲਾ ਕੇ ਇਹ ਹੈ ਕਿ ਜੇਕਰ ਇੱਕ ਵਾਰ ਫਿਰ ਤੋਂ ਕਿਸਾਨਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾਂਦਾ ਲਾਡੋਵਾਲ ਟੂਲ ਪਲਾਜ਼ਾ 'ਤੇ, ਤਾਂ ਉੱਥੋਂ ਨਿਕਲਣ ਵਾਲੇ ਲੋਕਾਂ ਨੂੰ ਜ਼ਰੂਰ ਕੁਝ ਦਿਨ ਦੀ ਰਾਹਤ ਮਿਲ ਸਕਦੀ ਹੈ। ਪਰ ਮਾਮਲਾ ਅਦਾਲਤ ਦੇ ਵਿੱਚ ਵੀ ਹੈ। ਅਗਲੀ ਖਬਰ ਦਾ ਰੁੱਖ ਕਰਦੇ ਹਾਂ ਅਤੇ ਖਬਰ ਜੁੜੀ ਹੋਈ ਹੈ ਕੈਬਨਿਟ ਦੀ ਮੀਟਿੰਗ ਦੇ ਨਾਲ। 14 ਅਗਸਤ ਨੂੰ ਪੰਜਾਬ ਕੈਬਨਿਟ ਦੀ ਬੈਠਕ ਸੱਦੀ ਗਈ ਹੈ। ਸਵੇਰੇ 10 ਵਜੇ CM ਹਾਊਸ ਦੇ ਵਿੱਚ ਇਹ ਕੈਬਨਿਟ ਦੀ ਬੈਠਕ ਹੋਵੇਗੀ। ਮੌਨਸੂਨ ਇਜਲਾਸ ਦੀਆਂ ਤਰੀਕਾਂ ਦੇ ਉੱਤੇ ਇਸ ਕੈਬਨਿਟ ਦੀ ਬੈਠਕ ਦੇ ਦੌਰਾਨ ਮੋਹਰ ਲੱਗ ਸਕਦੀ ਹੈ। ਪੰਜਾਬ ਪੰਚਾਇਤ ਇਲੈਕਸ਼ਨ ਰੂਲਸ ਦੇ ਵਿੱਚ ਜਸੋਦ ਦਾ ਡਰਾਫਟ ਹੈ ਉਹ ਵੀ ਲਿਆਂਦਾ ਜਾ ਸਕਦਾ ਇਸ ਕੈਬਨਿਟ ਦੀ ਬੈਠਕ ਦੇ ਵਿੱਚ। ਬਜਟ ਸੈਸ਼ਨ ਦਾ ਅੱਜ ਹੀ ਉਠਾਣ ਹੋਇਆ, ਇੱਕ ਜਿਹੜਾ ਟੈਕਨੀਕਲ ਤੌਰ ਦੇ ਉੱਤੇ ਉਠਾਣ ਕਰਨਾ ਹੁੰਦਾ ਤਾਂ ਉਹ ਹੋ ਚੁੱਕਿਆ ਅਤੇ ਉਸਦਾ ਸਿੱਧਾ ਜਿਹਾ ਮਤਲਬ ਹੁੰਦਾ ਕਿ ਅਗਲੇ ਸੈਸ਼ਨ ਦੇ ਲਈ ਰਾਹ ਪੱਧਰਾ ਹੋ ਗਿਆ। ਤਾਂ ਹੁਣ ਅਗਲਾ ਸੈਸ਼ਨ ਮੌਨਸੂਨ ਸੈਸ਼ਨ ਹੋਏਗਾ ਔਰ ਮੌਨਸੂਨ ਸੈਸ਼ਨ ਦੀਆਂ ਤਰੀਕਾਂ ਦਾ ਐਲਾਨ 14 ਤਰੀਕ ਨੂੰ ਕੈਬਨਿਟ ਦੀ ਬੈਠਕ ਦੇ ਦੌਰਾਨ ਕੀਤਾ ਜਾ ਸਕਦਾ, ਉਸਦੇ ਉੱਤੇ ਮੋਹਰ ਲੱਗ ਸਕਦੀ ਹੈ। ਔਰ ਨਾਲ ਨਾਲ ਕਿਉਂਕਿ ਜਿਹੜੇ ਪਹਿਲਾਂ ਇੱਕ ਚਰਚਾ ਛਿੜੀ ਹੋਈ ਸੀ, ਜਾਣਕਾਰੀ ਸਾਹਮਣੇ ਆ ਰਹੀ ਸੀ ਕਿ ਪੰਚਾਇਤੀ ਚੋਣਾਂ ਦੇ ਵਿੱਚ ਸਿੰਬਲ ਦੇ ਉੱਤੇ ਚੋਣ ਲੜਨ ਦੇ ਉੱਤੇ ਇੱਕ ਤਰੀਕੇ ਨਾਲ ਰੋਕ ਲਗਾਉਣ ਦਾ ਕਾਨੂੰਨ ਬਣਾਇਆ ਜਾ ਸਕਦਾ ਹੈ, ਤਾਂ ਉਸ ਨੂੰ ਲੈ ਕੇ ਵੀ ਡਰਾਫਟ ਹੋ ਸਕਦਾ ਕਿ ਪੇਸ਼ ਕਰ ਦਿੱਤਾ ਜਾਵੇ ਕੈਬਨਿਟ ਦੀ ਬੈਠਕ ਦੇ ਦੌਰਾਨ। ਅਗਲੀ ਖਬਰ ਸਾਬਕਾ ਮੰਤਰੀ ਦੇ ਨਾਲ ਜੁੜੀ ਹੋਈ। ਜਲੰਧਰ ਕੋਰਟ ਨੇ ਸਾਬਕਾ ਮੰਤਰੀ ਭਾਰਤਭੂਸ਼ਣ ਆਸ਼ਰ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ। 5 ਦਿਨ ਦੀ ਰਿਮਾਂਡ ਖਤਮ ਹੋਣ ਤੋਂ ਬਾਅਦ ਆਸ਼ਰ ਨੂੰ ED ਨੇ ਕੋਰਟ ਦੇ ਵਿੱਚ ਪੇਸ਼ ਕੀਤਾ। ED ਦੇ ਵੱਲੋਂ ਰਿਮਾਂਡ ਦੀ ਡਿਮਾਂਡ ਨਹੀਂ ਕੀਤੀ ਗਈ, ਜਿਸ ਤੋਂ ਬਾਅਦ ਕੋਰਟ ਨੇ ਆਸ਼ਰ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ। ਭਾਰਤਭੂਸ਼ਣ ਆਸ਼ੂ ਪਿਛਲੇ 10 ਦਿਨਾਂ ਤੋਂ ED ਦੀ ਰਿਮਾਂਡ ਦੇ ਉੱਤੇ ਸਨ। 10 ਦਿਨਾਂ ਤੋਂ ਆਸ਼ੂ ਤੋਂ ਲਗਾਤਾਰ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਸੀ। ED ਨੇ ਟਰਾਂਸਪੋਰਟ ਟੈਂਡਰ ਘੁਟਾਲੇ ਦੇ ਵਿੱਚ ਆਸ਼ੂ ਨੂੰ 1 ਅਗਸਤ ਨੂੰ ਗ੍ਰਿਫਤਾਰ ਕੀਤਾ ਸੀ। ਅਗਲੀ ਖਬਰ ਦਾ ਰੱਖ ਕਰਦੇ ਹਾਂ। ਗੁਰੂ ਘਰ ਦੇ ਅੰਦਰ ਹੱਥੋਪਾਈ ਦੇ ਇਲਜ਼ਾਮ ਲੱਗੇ ਨੇ। ਦੰਗਲ ਪ੍ਰਬੰਧਕ ਕਮੇਟੀ ਦੀ ਚੋਣ ਨੂੰ ਲੈ ਕੇ ਇਹ ਹੱਥੋਪਾਈ ਗੁਰਦੁਆਰੇ ਦੇ ਅੰਦਰ ਹੋਈ ਹੈ, ਜੋ ਇਲਜ਼ਾਮ ਜਾਂ ਜਾਣਕਾਰੀ ਆ ਰਹੀ ਹੈ। ਮਾਛੀਵਾੜਾ ਦੇ ਪਿੰਡ ਤੱਖਰਾਂ ਦੇ ਗੁਰੂ ਘਰ ਦੇ ਵਿੱਚ ਹੱਥੋਪਾਈ ਹੋਈ ਹੈ। ਪਿੰਡ ਤੱਖਰਾਂ ਖੋਖਰਾਂ ਦੇ ਵਿੱਚ ਦੰਗਲ ਮੇਲਾ ਕਰਵਾਇਆ ਜਾਂਦਾ ਅਤੇ ਦੰਗਲ ਮੇਲਾ ਕਰਵਾਉਣ ਦੇ ਲਈ ਇਹ ਪ੍ਰਬੰਧਕੀ ਕਮੇਟੀ ਹੈਗੀ ਹੈ। ਕਮੇਟੀ ਦੀ ਚੋਣ ਕੀਤੀ ਜਾਣੀ ਸੀ ਔਰ ਕਮੇਟੀ ਦੀ ਚੋਣ ਦੇ ਲਈ ਗੁਰੂ ਘਰ ਦੇ ਵਿੱਚ ਇੱਕ ਮੀਟਿੰਗ ਰੱਖੀ ਗਈ ਸੀ। ਮੌਕੇ 'ਤੇ ਪਹੁੰਚੀ ਪੁਲਿਸ ਪਾਰਟੀ ਅਤੇ ਉੱਥੇ ਪੂਰੀ ਜਾਣਕਾਰੀ ਜਿਹੜੇ ਉੱਥੇ ਮੌਜੂਦ ਲੋਕ ਸੀ ਜਾਂ ਪ੍ਰਬੰਧਕ ਕਮੇਟੀ ਦੇ ਲੋਕ ਨੇ ਉਹਨਾਂ ਤੋਂ ਜਾਣਕਾਰੀ ਲਈ ਜਾ ਰਹੀ ਹੈ। ਤਾਂ ਇਹ ਪੂਰਾ ਮਾਮਲਾ ਕਿਤੇ ਨਾ ਕਿਤੇ ਜਿਹੜਾ ਮੇਲੇ ਦੇ ਪ੍ਰਬੰਧਕਾਂ ਵਾਲਾ ਨਜ਼ਰ ਆ ਰਿਹਾ ਹੈ ਕਿ ਕਮੇਟੀ ਹੈ ਜੋ ਮੇਲਾ ਕਰਵਾਉਂਦੀ ਹੈ, ਵੱਡੇ ਪੱਧਰ 'ਤੇ ਮੇਲਾ ਹੁੰਦਾ ਹੈ ਉੱਥੇ। ਔਰ ਤੁਸੀਂ ਇਹ ਵੀ ਕਹਿ ਸਕਦੇ ਹੋ, ਹਾਲਾਂਕਿ ਇਸ ਨੂੰ ਲੈ ਕੇ ਕੋਈ ਬਿਆਨ ਸਾਹਮਣੇ ਨਹੀਂ ਆਇਆ, ਪਰ ਇਹ ਫੰਡਾਂ ਦੇ ਨਾਲ ਜੁੜਿਆ ਮਾਮਲਾ ਵੀ ਹੋ ਸਕਦਾ ਹੈ, ਕਿਉਂਕਿ ਇੱਕ ਵੱਡੇ ਪੱਧਰ ਦੇ ਉੱਤੇ ਮੇਲਾ ਤਾਂ ਫੰਡ ਜ਼ਰੂਰ ਆਉਂਦੇ ਹੋਣਗੇ ਇਸ ਕਮੇਟੀ ਦੇ ਕੋਲ, ਤਾਂ ਹੋ ਸਕਦਾ ਕਿ ਮਾਮਲਾ ਉਸ ਕਰਕੇ ਵੀ ਉਲਝਦਾ ਨਜ਼ਰ। ਮੇਰਾ ਨਾਮ ਗੁਰਮੀਤ ਸਿੰਘ ਹੈ ਜੀ, ਅਤੇ ਮੈਟਰ ਅੱਜ ਇਹ ਸੀਗਾ ਵੀ 28 ਤਰੀਕ ਨੂੰ ਸਾਡੇ ਮੇਲਾ ਹੈ, ਉਸ ਦੇ ਸੰਬੰਧ ਦੇ ਵਿੱਚ ਮੇਲਾ ਕਮੇਟੀ ਦਾ ਵਿਸਥਾਰ ਕਰਨ ਲੱਗੇ ਸੀ। ਗੱਲ ਚੱਲ ਰਹੀ ਸੀ ਵੀ ਪ੍ਰਧਾਨ ਬਦਲੋ ਜਾਂ ਕੁਛ ਯੰਗ ਮੁੰਡਿਆਂ ਨੂੰ ਅੱਗੇ ਲੈ ਆਓ, ਇਹਦਾ ਵਿਸਤਾਰ ਕਰਕੇ ਹੋਰ ਮੈਂਬਰ ਇਹ 'ਚ ਪਾ ਲਓ। ਸਵੇਰੇ ਪਹਿਲਾਂ ਸਾਡੀ ਪਹਿਲਾਂ ਵੀ ਗੱਲ ਹੋਈ ਹੈ, ਚਲੋ ਇੱਥੇ ਮੀਟਿੰਗ ਸੱਦ ਲਈ ਅਤੇ ਸਹਿਮਤੀ ਬਣ ਗਈ, ਪੇਪਰ ਲੈਣ ਚਲੇ ਗਈ ਵੀ ਆਪਾਂ ਮਤਾ ਪਾ ਦਿੰਦੇ ਹਾਂ। ਉਸ ਤੋਂ ਬਾਅਦ ਨੰਬਰਦਾਰ ਨੇ ਇਹ ਗੱਲ ਕਹੀ ਵੀ ਇਸ ਵਾਰ ਤੁਸੀਂ ਐਂ ਕਰੋ, ਇੰਜਣ ਪਿੱਛੇ ਕਰ ਦਿਉ, ਡੱਬਾ ਇੰਜਣ ਹੋਰ ਲਾ ਦਿਉ, ਇੰਜਣ ਨੂੰ ਡੱਬਾ ਬਣਾ ਦਿਉ। ਉਹ ਇੰਜਣ ਸ਼ਬਦ ਦੇ ਉੱਤੇ ਇਤਰਾਜ਼ ਹੋਣ ਕਰਕੇ ਹੀ ਮੈਟਰ ਮਤਲਬ ਉਲਝ ਗਿਆ, ਹੱਥੋਂ ਪਾਈ ਹੋ ਗਈ ਕੁੱਟਮਾਰ। ਦੋਵਾਂ ਤਰ੍ਹਾਂ ਆਪਸ ਕੁੱਟਮਾਰ ਹੋਈ ਹੈ ਜੀ, ਦੋਵਾਂ ਤਰ੍ਹਾਂ ਦੀ। ਉੱਥੇ ਜਿਹੜਾ ਜਿਹਦੀ ਕੁੱਟਮਾਰ ਜਿਹੜੀ ਸ਼ਿਕਾਇਤ ਦਿੱਤੀ ਆ, ਉਹਦਾ ਨਾਂ ਕੀ ਹੈ ਜਿਹੜਾ ਉੱਥੇ ਸ਼ਿਕਾਇਤ ਦਿੱਤੀ ਉਹਨਾਂ?
ਮੇਜਰ ਸਿੰਘ ਸਾਨਾ ਸਾਧੂ ਸਿੰਘ। ਅੱਛਾ, ਇਹ ਬੰਦਰ ਕਮੇਟੀ ਜਿਹੜੀ ਪ੍ਰਬੰਧਕ ਕਮੇਟੀ ਦੀ ਦੰਗਲੇ ਮਿੱਟੀ ਦੇ ਰੋਲੇ ਪਿੱਛੇ ਚੋਣ ਪਿੱਛੇ ਰੋਲਾ ਹੋਇਆ ਸਾਰਾ ਇਹ। ਹਾਂਜੀ, ਕਿ ਦੇਸ਼ ਦੇ ਵਿੱਚ ਇੰਜਨ ਡਬਲ ਇੰਜਨ ਖੂਬ ਚਰਚਾ ਦਾ ਸਿਆਸੀ ਤੌਰ ਦੇ ਉੱਤੇ ਵਜ੍ਹਾ ਰਹੀ ਹੈ ਇੰਜਨ ਨੂੰ ਲੈ ਕੇ, ਪਰ ਇੱਥੇ ਇੰਜਨ ਸ਼ਬਦ ਜੋ ਉਸ ਸਮੇਂ ਮੌਕੇ ਦੇ ਉੱਤੇ ਮੌਜੂਦ ਲੋਕ ਸੀ ਇਹ ਕਹਿ ਰਹੇ ਨੇ ਕਿ ਇੰਜਨ ਸ਼ਬਦ ਦਾ ਇਸਤੇਮਾਲ ਕਰਨ ਨੂੰ ਲੈ ਕੇ ਪੂਰਾ ਵਿਵਾਦ ਹੋ ਗਿਆ। ਖੈਰ, ਅੱਗੇ ਵੱਧਦੇ ਅਗਲੀ ਖਬਰ ਦਾ ਰੁੱਖ ਕਰਦੇ ਹਾਂ। ਰਾਜਸਥਾਨ ਦੇ ਰਣਥੰਬੌਰ ਦੇ ਵਿੱਚ ਭਾਰੀ ਬਰਸਾਤ ਦੀ ਵਜ੍ਹਾ ਨਾਲ 100 ਸ਼ਰਧਾਲੂ ਜੰਗਲ ਦੇ ਵਿੱਚ ਫਸ ਗਏ। ਦਰਅਸਲ ਇਹ ਸਾਰੇ ਲੋਕ ਪ੍ਰਸਿੱਧ ਤ੍ਰਿਨੇਤ ਗਣੇਸ਼ ਧਾਮ ਦੇ ਦਰਸ਼ਨ ਦੇ ਲਈ ਗਏ ਸਨ, ਪਰ ਇਸ ਦੌਰਾਨ ਇਲਾਕੇ 'ਚ ਭਾਰੀ ਬਰਸਾਤ ਦੀ ਵਜ੍ਹਾ ਦੇ ਨਾਲ ਨਦੀ ਨਾਲੇ ਉਫਾਨ ਦੇ ਉੱਤੇ ਆ ਗਏ। ਜੰਗਲਾਂ 'ਚ ਤੇਜ਼ ਪਾਣੀ ਆਉਣ ਦੀ ਵਜ੍ਹਾ ਨਾਲ ਰਣਥੰਬੌਰ ਤ੍ਰਿਨੇਤ ਗਣੇਸ਼ ਮੰਦਿਰ ਸੜਕ ਦੇ ਉੱਤੇ ਜੰਗਲਾਤ ਵਿਭਾਗ ਅਤੇ ਪ੍ਰਸ਼ਾਸਨ ਦੇ ਵੱਲੋਂ ਆਵਾਜਾਈ ਨੂੰ ਰੋਕ ਦਿੱਤਾ ਗਿਆ ਅਤੇ ਗਣੇਸ਼ ਮੰਦਿਰ ਨੂੰ ਜਾਣ ਵਾਲੇ ਰਾਹ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਸੀ। ਪਰ ਕੁਝ ਸ਼ਰਧਾਲੂ ਉਸ ਤੋਂ ਪਹਿਲਾਂ ਹੀ ਮੰਦਿਰ ਪਹੁੰਚ ਗਏ ਸਨ, ਜੋ ਜੰਗਲੀ ਨਦੀ ਨਾਲਿਆਂ ਦੇ ਵਿੱਚ ਪਾਣੀ ਦਾ ਪੱਧਰ ਵੱਧ ਜਾਣ ਦੀ ਵਜ੍ਹਾ ਦੇ ਨਾਲ ਫਸ ਗਏ। ਸ਼ਰਧਾਲੂਆਂ ਦੇ ਫਸੇ ਹੋਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਜੰਗਲਾਤ ਵਿਭਾਗ ਦੇ ਮੁਲਾਜ਼ਮ ਮੌਕੇ 'ਤੇ ਪਹੁੰਚੇ ਅਤੇ SDF ਦੀ ਟੀਮ ਦੇ ਨਾਲ ਮਿਲ ਕੇ ਕੁਝ ਲੋਕਾਂ ਨੂੰ ਪਹਾੜੀ ਦੇ ਉੱਤੇ ਚੜ੍ਹ ਕੇ ਜੰਗਲ ਦੇ ਰਾਹ ਤੋਂ ਬਾਹਰ ਕੱਢਿਆ ਗਿਆ, ਪਰ ਕੁਝ ਲੋਕ ਫਿਰ ਵੀ ਉੱਥੇ ਫਸੇ ਰਹੇ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਹਨਾਂ ਨੂੰ ਹਾਲਾਤ ਆਮ ਵਰਗੇ ਹੋਣ ਤੋਂ ਬਾਅਦ ਹੀ ਕੱਢਿਆ ਜਾ ਸਕੇਗਾ। ਉਸ ਸਮੇਂ ਤੱਕ ਆਪਰੇਸ਼ਨ ਨੂੰ ਰੋਕਿਆ ਗਿਆ। ਕਾਬਲੇ ਗੌਰ ਹੈ ਕਿ ਰਣਥੰਬੌਰ ਟਾਈਗਰ ਰਿਜ਼ਰਵ ਪਾਰਕ ਹੈ ਅਤੇ ਜੰਗਲ ਦੇ ਵਿੱਚ ਬਾਘਾਂ ਦੇ ਹੋਣ ਦੀ ਵਜ੍ਹਾ ਦੇ ਨਾਲ ਵੀ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾਣਾ ਇੱਕ ਚੁਣੌਤੀ ਬਣਿਆ ਹੋਇਆ ਹੈ।